ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਵੀਆਂ ਬਣ ਰਹੀਆਂ ਅਖੌਤੀ ਪਾਰਟੀਆਂ ਨੂੰ ਕਾਂਗਰਸ ਦੀ ਸ਼ੈਅ ਹਾਸਲ ਹੈ, ਜੋ ਕਿ ਨਹੀਂ ਚਾਹੁੰਦੀਆਂ ਹਨ ਕਿ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਨਿਰਾਸ਼ ਤੇ ਦੁਖੀ ਹੋਏ ਲੋਕਾਂ ਦੀਆਂ ਵੋਟਾਂ ਅਕਾਲੀ ਦਲ ਦੇ ਖੇਮੇ ਵਿੱਚ ਜਾਣ। ਉਹਨਾਂ ਇਸ ਮੌਕੇ ਲੋਕਾਂ ਨੂੰ ਇਸ ਬਾਰੇ ਸੁਚੇਤ ਹੋਣ ਦੀ ਅਪੀਲ ਵੀ ਕੀਤੀ ਹੈ। ਮਜੀਠੀਆ ਅੱਜ ਹਲਕਾ ਅਜਨਾਲਾ ਦੇ ਕਈ ਪਿੰਡਾਂ ਵਿੱਚ ਅਕਾਲੀ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਸਨ। ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਟਕਸਾਲੀ ਆਗੂਆਂ ਜਾਂ ਕਿਸੇ ਹੋਰ ਵੱਲੋਂ ਬਣਾਏ ਜਾ ਰਹੇ ਕਿਸੇ ਮਹਾਂ ਗੱਠਜੋੜ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਵੀ ਫਰਕ ਨਹੀਂ ਪਵੇਗਾ। ਉਹਨਾਂ ਨਾਲ ਇਸ ਮੌਕੇ ਵੀ ਸਪਸ਼ਟ ਕੀਤਾ ਕਿ ਉਹ ਰਣਜੀਤ ਸਿੰਘ ਬ੍ਰਹਮਪੁਰਾ ਦੇ ਡਾਕਟਰ ਰਤਨ ਸਿੰਘ ਅਜਨਾਲਾ ਦਾ ਦਿਲੋਂ ਸਤਿਕਾਰ ਕਰਦੇ ਹਨ, ਪਰ ਪਾਰਟੀ ਨੂੰ ਪਿੱਠ ਦਿਖਾਉਣ ਵਾਲਿਆਂ ਦੀ ਪਾਰਟੀ ਤੋਂ ਬਾਹਰ ਕੋਈ ਵੀ ਹੋਂਦ ਨਹੀਂ ਰਹਿੰਦੀ ਹੈ। ਉਹਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪਾਰਟੀ ਨਾਲ ਟੁੱਟ ਕੇ ਕੋਈ ਵੀ ਆਪਣੀ ਹੋਂਦ ਨਹੀਂ ਬਚਾ ਸਕਿਆ ਹੈ। ਕਿਹਦਾ ਭਾਈ ਆ ਰਣਜੀਤ ਸਿੰਘ? ਖਹਿਰੇ ਦਾ। ਖਹਿਰੇ ਦਾ। ਇਸ ਲਈ ਜਿਹੜੇ ਰਲ ਮਿਲ ਕੇ ਖੇਡਾਂ ਖੇਡ ਰਹੇ ਨਾ, ਲੋਕ ਸਮਝ ਰਹੇ ਇਹ। ਉਹ ਜੀ ਉਹ ਤੁਹਾਡੇ ਲਈ ਕੱਢਦੇ ਆ, ਰਾਤ ਨੂੰ ਭੁੱਖ ਚੜੀ ਹੁੰਦੇ ਆ ਕੇਜਰੀਵਾਲ ਮਾੜਾ, ਸ਼ਾਮ ਨੂੰ ਕਹਿੰਦੇ ਗਠਬੰਧਨ 'ਚ ਸ਼ਾਮਿਲ ਹੋ ਜਾ। ਮੈਨੂੰ ਉਹ ਕਹਾਣੀ ਨਹੀਂ ਸਮਝ ਆਉਂਦੀ। ਮੈਂ ਤੁਹਾਨੂੰ ਤਦੇ ਕਹਿ ਰਿਹਾ, ਇਹ ਸਾਰੀ ਪਾਰਟੀਆਂ ਇੱਕ ਕਾਂਗਰਸ ਦਾ ਫਰੰਟ ਹੈ, ਕਾਂਗਰਸ ਦੀ ਬੀ ਟੀਮ ਹੈ, ਓਪੋਜੀਸ਼ਨ ਦੀ ਵੋਟ ਡਿਵਾਈਡ ਕਰਨ ਦੀ ਗੱਲ। ਨਹੀਂ ਤਾਂ ਕਾਂਗਰਸ ਨਾਲ ਜੇ ਖਹਿਰਾ ਸਾਹਿਬ ਨੂੰ ਐਡੀ ਢਿੱਡ ਪੀੜ ਹੈ, ਅਤੇ 25 ਸਾਲਾਂ ਤੋਂ 22 ਸਾਲ ਤਾਂ ਕਾਂਗਰਸ 'ਚ ਰਹੇ, 5 ਤੋਂ 4 ਇਲੈਕਸ਼ਨਾਂ ਕਾਂਗਰਸ 'ਚ ਲੜੀਆਂ, ਅੱਜ ਵੀ ਆਪਦੀ ਭਾਈਆ ਸਾਹਿਬ ਨੂੰ, ਆਪਦੀ ਭਣੇਵੀ ਨੂੰ, ਭੈਣ ਜੀ ਨੂੰ ਤਾਂ ਉੱਥੇ ਛੱਡ ਆਏ ਆ। ਲੱਖਾਂ ਰੁਪਈਆ ਪੰਜਾਬ ਦੇ ਐਕਸਚੈਕਰ ਤੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਫਾਇਦੇ ਲਈ ਉਹਨਾਂ ਨੂੰ ਦੇ ਰਿਹਾ, ਜਿੱਥੋਂ ਤਨਖਾਹਾਂ ਚੱਲ ਰਹੀਆਂ, ਬੱਤੀ ਦੇ ਬਿੱਲ ਜਾ ਰਹੇ, ਸਭ ਕੁਝ ਜਾ ਰਿਹਾ। ਇਹ ਲੋਕਾਂ ਦੀ ਅੱਖਾਂ 'ਚ ਘਟਾ ਪਾ ਦਿਓ ਕਿ ਕਾਂਗਰਸ ਮਾਰੀ ਹੈ, ਅਤੇ ਟੱਬਰ ਸਾਰਾ ਉੱਥੋਂ ਤਨਖਾਹ ਲੈ ਜੇ। ਇਸ ਲਈ ਮੈਂ ਤੁਹਾਨੂੰ ਸਭ ਨੂੰ ਕਹਿਣਾ, ਲੋਕ ਬੜੇ ਸਿਆਣੇ ਆ, ਇੱਕ ਵਾਰੀ ਤਾਂ ਹੋ ਲਿਆ, ਬਾਰ ਬਾਰ ਉਹਨਾਂ ਦੀ ਗੱਲਾਂ 'ਚ ਕਿਸੇ ਨੇ ਨਹੀਂ ਆਉਣਾ, ਇਹ ਕਾਂਗਰਸ ਦਾ ਫਰੰਟ ਫੇਲ ਹੋਣਾ। ਜਦੋਂ ਉਹਨਾਂ ਦੇ ਇਹ ਤਾਂ ਸਪਸ਼ਟ ਹੀ ਹੋ ਗਿਆ ਨਾ ਜੀ, ਹੁਣ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਨਾਲ ਗੱਲਬਾਤ ਕੋਈ ਕਿਸੇ ਨੇ ਕਰਾਈ ਹੈ, ਇਹ ਵੀ ਖਬਰ ਆ ਰਹੀ ਹੈ, ਬਾਹਰ ਤੁਹਾਨੂੰ ਮਿਲ ਹੀ ਜਾਣੀ ਹੈ ਬੜੀ ਛੇਤੀ। ਨਹੀਂ ਮੈਂ ਦੱਸੂਗਾ, ਉਹਨਾਂ ਨੇ ਕਹਿਣਾ ਦੱਸੋ ਕਦੋਂ ਹੋਈ ਹੈ, ਫਿਰ ਇਹ ਤੁਹਾਨੂੰ ਮੈਂ ਮੋਟੀ ਜੀ ਗੱਲ ਦੱਸਤੀ ਕਿ ਇਹ ਸਾਰੀਆਂ ਉਹ ਯਾਰ ਤੂੰ ਗੱਲ ਤਾਂ ਸੁਣ ਲੈ ਯਾਰ, ਕਾਹਲਾ ਨਾ ਸੁਮਿਤ ਪਿਆ ਕਰ, ਤੂੰ ਮੈਨੂੰ ਉਦਣ ਖਾਧੀ ਸੀ ਸੌਂ ਨਵੇਂ ਸਾਲ 'ਤੇ ਕਿ ਆ ਮੈਂ ਠੰਡਾ ਚੱਲੂ ਹੁਣ। ਆ ਜਿਹੜੇ ਓਪੋਜੀਸ਼ਨ ਦੀ ਵੋਟ ਡਿਵਾਈਡ ਹੋਣੀ, ਉਹਦਾ ਫਾਇਦਾ ਕਿਹਨੂੰ ਪਹੁੰਚਣਾ? ਕੁਛ ਲੋਕ ਜਿਨ੍ਹਾਂ ਨਾਲ ਧੋਖਾ ਹੋਇਆ, ਦਲਿਤਾਂ ਨਾਲ ਧੋਖਾ ਹੋਇਆ, ਬੇਰੁਜ਼ਗਾਰਾਂ ਨਾਲ ਧੋਖਾ ਹੋਇਆ, ਖੇਤ ਮਜ਼ਦੂਰਾਂ ਨਾਲ ਧੋਖਾ ਹੋਇਆ, ਵਪਾਰੀ ਨਾਲ ਧੋਖਾ ਹੋਇਆ, ਉਹਨਾਂ ਨੇ ਧੋਖਾ ਕਿਹਨੇ ਕੀਤਾ? ਕਾਂਗਰਸ ਨੇ ਵਾਅਦੇ ਕੀਤੇ ਸਨ। ਜਦੋਂ ਵੋਟ ਡਿਵਾਈਡ ਉਹਨਾਂ ਦੇ ਉਲਟ ਜਾਣੀ ਹੈ, ਅਤੇ ਉਲਟ ਤਾਂ ਜਾਣੀ ਹੈ, ਜਿਹੜੀ ਪਾਰਟੀ ਉਹਨਾਂ ਦੇ ਉਲਟ ਖਲੋਤੀ ਹੈ ਅਤੇ ਬੈਸਟ ਹੈ, ਉਹ ਵੋਟ ਨੂੰ ਡਿਵਾਈਡ ਕਰੋ। ਡਿਵਾਈਡ ਕੌਣ ਕਰ ਸਕਦਾ ਜੇ ਵੱਖਰੇ ਵੱਖਰੇ ਫਰੰਟ ਖੜੇ ਕਰ ਦਿਓ? ਇੱਕ ਫਰੰਟ ਹੋ ਗਿਆ ਖਹਿਰਾ ਸਾਹਿਬ ਦਾ, ਇੱਕ ਫਰੰਟ ਹੋ ਗਿਆ ਦਿੱਲੀ 'ਚ ਵਿਚਾਰਾਂ ਸਾਂਝੀਆਂ ਨੇ ਰਾਹੁਲ ਗਾਂਧੀ ਦੀਆਂ, ਕੇਜਰੀਵਾਲ ਦੀਆਂ, ਇੱਥੇ ਆ ਕੇ ਲੋਕਾਂ ਨੂੰ ਭੰਬਲ ਭੂਸੇ ਪਾਉਂਦੇ ਕਿ ਨਹੀਂ, ਜਾਂ ਇਹ ਫਰੰਟ ਹੈ? ਇਹ ਸਾਰਾ ਇੱਕ ਓਪੋਜੀਸ਼ਨ ਵੋਟ ਨੂੰ ਖੇਰੂ ਖੇਰੂ ਕਰਨ ਦੀ ਰਾਜਨੀਤੀ ਹੈ, ਜਿਹੜੀ ਫੇਲ ਹੋ ਜਾਂਦੀ। ਬਿਊਰੋ ਰਿਪੋਰਟ, ਪੰਜਾਬ ਟੂਡੇ।